ਪਾਲੀ ਦੇ ਵਿੱਚ ਡਰੱਗਸ ਦੇ ਮੁੱਦੇ ਨੂੰ ਲੈ ਕੇ ਅੱਜ ਇੱਕ ਸਮਾਰੋਹ ਕਰਾਇਆ ਗਿਆ। ਕਈ ਪੰਜਾਬੀ ਸਿੰਗਰ ਐਕਟਰ ਇੱਥੇ ਪਹੁੰਚੇ ਹੋਏ ਨੇ। ਕਰਤਾਰ ਚੀਮਾ ਜੀ ਸਾਡੇ ਨਾਲ ਨੇ। ਚੀਮਾ ਸਾਹਿਬ, ਅੱਜ ਤੁਸੀਂ ਵੀ ਬੱਚਿਆਂ ਨੂੰ ਸਪੀਚ ਦਿੱਤੀ ਹੈ। ਡਰੱਗਸ ਦਾ ਮੁੱਦਾ ਬਹੁਤ ਹੀ ਕਹਿ ਸਕਦੇ ਪੰਜਾਬ ਦੇ ਵਿੱਚ ਲਗਾਤਾਰ ਯੂਥ ਨੂੰ ਮੋਟੀਵੇਟ ਕਰਦੇ ਹੈ, ਲਗਾਤਾਰ ਯੂਥ ਨੂੰ ਅਵੇਅਰ ਕਰਦੇ ਹੈ, ਕਿਸ ਤਰ੍ਹਾਂ ਤੁਸੀਂ ਵੇਖਦੇ? ਨਹੀਂ ਵੇਖੋ, ਬਹੁਤ ਵਧੀਆ ਗੱਲ ਹੈਗੀ ਹੈ ਇਹ ਅਵੇਅਰ ਕਰਨਾ, ਕਿਉਂਕਿ ਨਸ਼ੇ ਦਾ ਇਲਾਜ ਕੌਣ ਕਰਦੀ ਹੈ? ਪੰਜਾਬ ਪੁਲਿਸ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਪਾਉਂਦੀ ਆ। ਜਦੋਂ ਪੁਲਿਸ ਦਾ ਡਰ ਬੱਚਿਆਂ ਦੇ ਵਿੱਚ ਹੋਊਗਾ ਜਾਂ ਆਮ ਪਬਲਿਕ ਦੇ ਵਿੱਚ ਹੋਊਗਾ, ਉਹ ਅਪਰੋਚ ਨਹੀਂ ਕਰ ਸਕਦੇ, ਹੈ ਨਾ। ਇਹਨਾਂ ਪ੍ਰੋਗਰਾਮ ਦੇ ਥਰੂ ਇੱਕ ਰਿਸ਼ਤਾ ਬਣਦਾ ਉਹਨਾਂ ਦੇ ਨਾਲ। ਉੱਥੇ ਸਟੂਡੈਂਟਸ ਇੰਨੇ ਆਏ ਨੇ, ਸੀਨੀਅਰ ਅਧਿਕਾਰੀ ਉੱਤੇ ਬੈਠੇ ਨੇ, ਮੀਡੀਆ ਨਾਲ ਲਈ ਬੈਠੇ ਨੇ, ਇੱਕ ਦੋਸਤੀ ਦਾ ਬੌਂਡ ਬਣਦਾ। ਬਿਲਕੁਲ, ਹੁਣ ਈਜ਼ੀਲੀ ਹੈ, ਬੱਚੇ ਨੂੰ ਕੁਛ ਹੋਇਆ ਜਾ ਕੇ ਮਾਂ ਪਿਓ ਨੂੰ ਕਿਉਂ ਦੱਸਦਾ? ਬਿਲਕੁਲ, ਠੀਕ ਹੈ ਨਾ। ਹੁਣ ਲੱਗਦਾ ਮੇਰੇ ਮਾਂ ਪਿਓ ਨੇ ਯਾਰ ਇਹਦਾ ਇਲਾਜ ਕਰਨਗੇ। ਜੇ ਪੰਜਾਬ ਪੁਲਿਸ ਨੂੰ ਇਹ ਸਮਝ ਆ ਗਈ ਆ ਕਿ ਇਹ ਬੱਚਿਆਂ ਨਾਲ, ਇਹ ਯੂਥ ਦੇ ਨਾਲ ਇੰਟਰੈਕਟ ਕਰਕੇ ਹੀ ਅਸੀਂ ਚੀਜ਼ ਦਾ ਇਲਾਜ ਆ। ਬਾਰਡਰ ਸੀਲ ਹੋ ਰਿਹਾ ਪਰ ਸੈਂਟਰ ਚੋਂ ਕੰਮ ਕਿਉਂ ਸ਼ੁਰੂ ਕੀਤਾ? ਬਿਲਕੁਲ, ਇਹ ਵੱਡੀ ਸੋਚ ਆ, ਵੱਡਾ ਦਿਮਾਗ ਆ, ਵੱਡੀ ਗੱਲ ਹੈਗੀ। ਚੀਮਾ ਸਾਹਿਬ, ਜਿਹੜੇ ਸਿੰਗਰਸ ਹੁੰਦੇ ਆ, ਆਰਟਿਸਟ ਹੁੰਦੇ, ਉਹਨਾਂ ਨੂੰ ਲੋਕ ਹੀ ਆਦਰਸ਼ ਮੰਨਦੇ ਆ ਓਬਵੀਅਸ, ਲੇਕਿਨ ਕਈ ਵਾਰੀ ਸੌਂਗਸ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਮੋਸ਼ਨ ਗਨ ਕਲਚਰ ਦੀ ਅਸੀਂ ਗੱਲ ਕਰ ਲਈ ਆ, ਹੋਰ ਚੀਜ਼ਾਂ? ਮੈਨੂੰ ਲੱਗਦਾ ਜਿਵੇਂ ਅਸੀਂ ਅਵੇਅਰ ਹਾਂ, ਹੁਣ ਤੁਸੀਂ ਪੜ੍ਹੇ ਲਿਖੇ ਹੋ, ਰਿਪੋਰਟਿੰਗ ਕਰਦੇ ਹੋ, ਸਮਾਜ ਨੂੰ ਰੀਪ੍ਰਜੈਂਟ ਕਰਦੇ ਹੋ, ਤੁਹਾਨੂੰ ਪਤਾ ਵੀ ਗਨ ਅਲੀਗਲ ਮਾੜੀ ਚੀਜ਼ ਹੈ, ਤੁਹਾਨੂੰ ਪਤਾ ਨਸ਼ਾ ਮਾੜੀ ਚੀਜ਼ ਹੈ, ਕੋਈ ਜਿੰਨਾ ਮਰਜ਼ੀ ਗਾਈ ਜਾਏ ਤੁਸੀਂ ਕਰ ਲਓਗੇ? ਬਿਲਕੁਲ ਨਹੀਂ ਨਾ। ਇਹ ਪ੍ਰੋਗਰਾਮਾਂ ਦਾ ਇਹ ਮੈਨੂੰ ਬਹੁਤ ਵੱਡਾ ਬੈਨੀਫਿਟ ਲੱਗਦਾ, ਅਵੇਅਰਨੈਸ ਲੈ ਕੇ ਆਈਏ। ਅਸੀਂ ਇੱਕ ਦੂਜੇ ਨੂੰ ਬਲੇਮ ਗੇਮ ਦੇ ਦੀ ਛੱਡੀਏ, ਅਸੀਂ ਆਪ ਸੈਲਫਿਸ਼ ਹੋਈਏ, ਬੱਚਿਆਂ ਨੂੰ ਸਮਝਾਈਏ, ਇਹਨਾਂ ਨੇ ਵੱਡੇ ਹੋ ਕੇ ਅਸੀਂ ਬਜ਼ੁਰਗਾਂ ਦੀ ਥਾਂ ਲੈ ਲੈਣੀ ਹੈ, ਇਹਨਾਂ ਨੇ ਸਾਡੀ ਥਾਂ ਲੈ ਲੈਣੀ ਹੈ, ਠੀਕ ਹੈ। ਇਹ ਜਦੋਂ ਸੈਂਟਰ 'ਚੋਂ ਵੱਧ ਕੇ ਸਾਡੇ ਤੱਕ ਆਉਣਗੇ ਨੌਲੇਜ ਲੈ ਕੇ, ਅਤੇ ਜਿਹੜੀ ਬੁਰਾਈ ਆ ਉਹ ਆਟੋਮੈਟਿਕਲੀ ਬਾਰਡਰ ਤੋਂ ਬਾਹਰ ਤੱਕ ਹੀ ਜਾਣੀ। ਬਿਲਕੁਲ, ਠੀਕ ਹੈ ਨਾ। ਲਗਾਤਾਰ ਮੋਟੀਵੇਟ ਜਾਂ ਅਵੇਅਰ ਕਰਦੇ ਰਹਿੰਦੇ ਹੋ? ਮੈਂ ਅਵੇਅਰ ਕਰਦਾ ਰਹਿੰਦਾ, ਮੈਂ ਤਾਂ 5000 ਤੋਂ ਵੱਧ ਮੁੰਡੇ ਦੇ ਨਸ਼ੇ ਛੁਡਾਏ ਆ। ਓਕੇ, ਠੀਕ ਹੈ ਨਾ। ਤੁਸੀਂ ਇਹ ਵੀ ਦੇਖ ਲਓ, ਤੁਸੀਂ ਪੰਜਾਬ ਦੇ ਵਿੱਚ ਸਰਵੇ ਕਰ ਦਿਓ, ਐਵਰੀਬਡੀ ਸੇਜ ਕਰਤਾਰ ਚੀਮੇ ਦੀ ਬਾਡੀ ਦੇ ਕੇ, ਜਿਮ ਦੇ ਕੇ, ਰਨਿੰਗ ਦੇ ਕੇ ਅਸੀਂ ਨਸ਼ੇ ਛੱਡ ਕੇ ਇੱਧਰ ਨੂੰ ਆਏ, ਕਿਉਂਕਿ ਸਾਨੂੰ ਲੱਗਦਾ ਕਿ ਇੱਥੇ ਸ਼ੋਹਰਤ ਹੈਗੀ ਆ, ਇੱਥੇ ਪ੍ਰੇਜ਼ ਹੈਗੀ ਆ, ਹੋਰ ਹੈਗੀ ਆ, ਮੇਰੇ ਲਈ ਇਹ ਤਾਂ ਬਹੁਤ ਵੱਡੀ ਗੱਲ ਆ। ਤਾਂ ਬਿਲਕੁਲ, ਕਰਤਾਰ ਚੀਮਾ ਲਗਾਤਾਰ ਉਹਨਾਂ ਦਾ ਕਹਿਣਾ ਹੈ ਕਿ ਸਟੂਡੈਂਟਸ ਨੂੰ ਅਵੇਅਰ ਕਰਦੇ ਹੈ, ਨਸ਼ਾ ਦੇ ਵਿਰੁੱਧ ਜਾਗਰੂਕਤਾ ਸਮਾਰੋਹ ਜਿਹੜਾ ਕੀਤਾ ਜਾਂਦਾ, ਲਗਾਤਾਰ ਇਹਦੇ ਵਿੱਚ ਕੰਮ ਕੀਤਾ ਜਾਂਦਾ। ਹਾਲਾਂਕਿ ਸਟੂਡੈਂਟਸ ਜਿਹੜੇ ਹੈ ਉਹਨਾਂ 'ਚ ਜ਼ਰੂਰ ਕੌਨਫੀਡੈਂਸ ਦੇਖਿਆ ਗਿਆ ਕਿ ਕਿਸ ਤਰ੍ਹਾਂ ਦੇ ਜਿਹੜੇ ਨਸ਼ੇ ਨੂੰ ਲੈ ਕੇ ਅੱਜ ਇੱਕ ਵੱਡਾ ਪ੍ਰੋਗਰਾਮ ਇਸੇ ਕਰਕੇ ਕਰਾਇਆ ਸੀਗਾ। ਸੀਨੀਅਰ ਆਫਿਸਰ, ਸੀਨੀਅਰ ਜਿਹੜੇ ਆਰਟਿਸਟ ਨੇ, ਪੰਜਾਬੀ ਸਿੰਗਰ ਨੇ, ਆਰਟਿਸਟ ਨੇ, ਉਹ ਇੱਥੇ ਜੁੜੇ ਨੇ, ਸਟੂਡੈਂਟਸ ਨਾਲ ਗੱਲਬਾਤ ਕੀਤੀ। ਪਾਲੀ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ ਇੰਡੀਆ, ਪੰਜਾਬ। ਪਾਲੀ ਦੇ ਵਿੱਚ ਡਰੱਗਸ ਦੇ ਮੁੱਦੇ ਨੂੰ ਲੈ ਕੇ ਅੱਜ ਇੱਕ ਸਮਾਰੋਹ ਕਰਾਇਆ ਗਿਆ। ਕਈ ਪੰਜਾਬੀ ਸਿੰਗਰ ਐਕਟਰ ਇੱਥੇ ਪਹੁੰਚੇ ਹੋਏ ਨੇ। ਕਰਤਾਰ ਚੀਮਾ ਜੀ ਸਾਡੇ ਨਾਲ ਨੇ। ਚੀਮਾ ਸਾਹਿਬ, ਅੱਜ ਤੁਸੀਂ ਵੀ ਬੱਚਿਆਂ ਨੂੰ ਸਪੀਚ ਦਿੱਤੀ ਹੈ। ਡਰੱਗਸ ਦਾ ਮੁੱਦਾ ਬਹੁਤ ਹੀ ਕਹਿ ਸਕਦੇ ਪੰਜਾਬ ਦੇ ਵਿੱਚ ਲਗਾਤਾਰ ਯੂਥ ਨੂੰ ਮੋਟੀਵੇਟ ਕਰਦੇ ਹੈ, ਲਗਾਤਾਰ ਯੂਥ ਨੂੰ ਅਵੇਅਰ ਕਰਦੇ ਹੈ, ਕਿਸ ਤਰ੍ਹਾਂ ਤੁਸੀਂ ਵੇਖਦੇ? ਨਹੀਂ ਵੇਖੋ, ਬਹੁਤ ਵਧੀਆ ਗੱਲ ਹੈਗੀ ਹੈ ਇਹ ਅਵੇਅਰ ਕਰਨਾ, ਕਿਉਂਕਿ ਨਸ਼ੇ ਦਾ ਇਲਾਜ ਕੌਣ ਕਰਦੀ ਹੈ? ਪੰਜਾਬ ਪੁਲਿਸ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਪਾਉਂਦੀ ਆ। ਜਦੋਂ ਪੁਲਿਸ ਦਾ ਡਰ ਬੱਚਿਆਂ ਦੇ ਵਿੱਚ ਹੋਊਗਾ ਜਾਂ ਆਮ ਪਬਲਿਕ ਦੇ ਵਿੱਚ ਹੋਊਗਾ, ਉਹ ਅਪਰੋਚ ਨਹੀਂ ਕਰ ਸਕਦੇ, ਹੈ ਨਾ। ਇਹਨਾਂ ਪ੍ਰੋਗਰਾਮ ਦੇ ਥਰੂ ਇੱਕ ਰਿਸ਼ਤਾ ਬਣਦਾ ਉਹਨਾਂ ਦੇ ਨਾਲ। ਉੱਥੇ ਸਟੂਡੈਂਟਸ ਇੰਨੇ ਆਏ ਨੇ, ਸੀਨੀਅਰ ਅਧਿਕਾਰੀ ਉੱਤੇ ਬੈਠੇ ਨੇ, ਮੀਡੀਆ ਨਾਲ ਲਈ ਬੈਠੇ ਨੇ, ਇੱਕ ਦੋਸਤੀ ਦਾ ਬੌਂਡ ਬਣਦਾ। ਬਿਲਕੁਲ, ਹੁਣ ਈਜ਼ੀਲੀ ਹੈ, ਬੱਚੇ ਨੂੰ ਕੁਛ ਹੋਇਆ ਜਾ ਕੇ ਮਾਂ ਪਿਓ ਨੂੰ ਕਿਉਂ ਦੱਸਦਾ? ਬਿਲਕੁਲ, ਠੀਕ ਹੈ ਨਾ। ਹੁਣ ਲੱਗਦਾ ਮੇਰੇ ਮਾਂ ਪਿਓ ਨੇ ਯਾਰ ਇਹਦਾ ਇਲਾਜ ਕਰਨਗੇ। ਬਿਲਕੁਲ, ਜੇ ਪੰਜਾਬ ਪੁਲਿਸ ਨੂੰ ਸਮਝ ਆ ਗਈ ਆ ਕਿ ਇਹ ਬੱਚਿਆਂ ਨਾਲ, ਇਹ ਯੂਥ ਦੇ ਨਾਲ ਇੰਟਰੈਕਟ ਕਰਕੇ ਹੀ ਅਸੀਂ ਚੀਜ਼ ਦਾ ਇਲਾਜ ਆ। ਬਾਰਡਰ ਸੀਲ ਹੋ ਰਿਹਾ ਪਰ ਸੈਂਟਰ 'ਚੋਂ ਕੰਮ ਕਿਉਂ ਸ਼ੁਰੂ ਕੀਤਾ? ਬਿਲਕੁਲ, ਇਹ ਵੱਡੀ ਸੋਚ ਆ, ਵੱਡਾ ਦਿਮਾਗ ਆ, ਵੱਡੀ ਗੱਲ ਹੈਗੀ। ਚੀਮਾ ਸਾਹਿਬ, ਜਿਹੜੇ ਸਿੰਗਰਸ ਹੁੰਦੇ ਆ, ਆਰਟਿਸਟ ਹੁੰਦੇ, ਉਹਨਾਂ ਨੂੰ ਲੋਕ ਹੀ ਆਦਰਸ਼ ਮੰਨਦੇ ਆ ਓਬਵੀਅਸ, ਲੇਕਿਨ ਕਈ ਵਾਰੀ ਸੌਂਗਸ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਉਹ ਵੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰਮੋਸ਼ਨ ਗਨ ਕਲਚਰ ਦੀ ਅਸੀਂ ਗੱਲ ਕਰ ਲਈ ਆ, ਹੋਰ ਚੀਜ਼ਾਂ? ਮੈਨੂੰ ਲੱਗਦਾ ਜਿਵੇਂ ਅਸੀਂ ਅਵੇਅਰ ਹਾਂ, ਹੁਣ ਤੁਸੀਂ ਪੜ੍ਹੇ ਲਿਖੇ ਹੋ, ਰਿਪੋਰਟਿੰਗ ਕਰਦੇ ਹੋ, ਸਮਾਜ ਨੂੰ ਰੀਪ੍ਰਜੈਂਟ ਕਰਦੇ ਹੋ, ਤੁਹਾਨੂੰ ਪਤਾ ਵੀ ਗਨ ਅਲੀਗਲ ਮਾੜੀ ਚੀਜ਼ ਹੈ, ਤੁਹਾਨੂੰ ਪਤਾ ਨਸ਼ਾ ਮਾੜੀ ਚੀਜ਼ ਹੈ, ਕੋਈ ਜਿੰਨਾ ਮਰਜ਼ੀ ਗਾਈ ਜਾਏ ਤੁਸੀਂ ਕਰ ਲਓਗੇ? ਬਿਲਕੁਲ,
ਨਹੀਂ ਨਾ ਇਹ ਪ੍ਰੋਗਰਾਮਾਂ ਦਾ ਇਹ ਮੈਨੂੰ ਬਹੁਤ ਵੱਡਾ ਬੈਨੀਫਿਟ ਲੱਗਦਾ ਅਵੇਅਰਨੈਸ ਲੈ ਕੇ ਆਈਏ ਅਸੀਂ ਇੱਕ ਦੂਜੇ ਨੂੰ ਬਲੇਮ ਗੇਮ ਦੇ ਵੀ ਛੱਡੀਏ ਅਸੀਂ ਆਪ ਸੈਲਫਿਸ਼ ਹੋਈਏ ਬੱਚਿਆਂ ਨੂੰ ਸਮਝਾਈਏ ਇਹਨਾਂ ਨੇ ਵੱਡੇ ਹੋ ਕੇ ਅਸੀਂ ਬਜ਼ੁਰਗਾਂ ਦੀ ਥਾਂ ਲੈ ਲੈਣੀ ਹੈ ਇਹਨਾਂ ਨੇ ਸਾਡੀ ਥਾਂ ਲੈ ਲੈਣੀ ਹੈ ਠੀਕ ਹੈ ਇਹ ਜਦੋਂ ਸੈਂਟਰ 'ਚੋਂ ਵੱਧ ਕੇ ਸਾਡੇ ਤੱਕ ਆਉਣਗੇ ਨੌਲੇਜ ਲੈ ਕੇ ਅਤੇ ਜਿਹੜੀ ਬੁਰਾਈ ਹੈ ਉਹ ਆਟੋਮੈਟਿਕਲੀ ਬਾਰਡਰ ਤੋਂ ਬਾਹਰ ਤੱਕ ਹੀ ਜਾਣੀ ਬਿਲਕੁਲ ਠੀਕ ਹੈ ਨਾ ਤੁਸੀਂ ਲਗਾਤਾਰ ਮੋਟੀਵੇਟ ਜਾਂ ਅਵੇਅਰ ਕਰਦੇ ਰਹਿੰਦੇ ਹੋ ਮੈਂ ਅਵੇਅਰ ਕਰਦਾ ਰਹਿੰਦਾ ਮੈਂ ਤਾਂ 5000 ਤੋਂ ਵੱਧ ਮੁੰਡੇ ਦੇ ਨਸ਼ੇ ਛੁਡਾਏ ਆ ਠੀਕ ਹੈ ਨਾ ਤੁਸੀਂ ਇਹ ਵੀ ਦੇਖ ਲਓ ਤੁਸੀਂ ਪੰਜਾਬ ਦੇ ਵਿੱਚ ਸਰਵੇ ਕਰ ਦਿਓ ਐਵਰੀਬਡੀ ਸੇਜ ਕਰਤਾਰ ਚੀਮੇ ਦੀ ਬਾਡੀ ਦੇ ਕੇ ਜਿੰਮ ਦੇ ਕੇ ਰਨਿੰਗ ਦੇ ਕੇ ਅਸੀਂ ਨਸ਼ੇ ਛੱਡ ਕੇ ਇੱਧਰ ਨੂੰ ਆਏ ਕਿਉਂਕਿ ਸਾਨੂੰ ਲੱਗਦਾ ਕਿ ਇੱਥੇ ਸ਼ੌਹਰਤ ਹੈਗੀ ਆ ਇੱਥੇ ਪ੍ਰੇਜ਼ ਹੈਗੀ ਆ ਹੋਰ ਹੈਗੀ ਆ ਮੇਰੇ ਲਈ ਇਹ ਤਾਂ ਬਹੁਤ ਵੱਡੀ ਗੱਲ ਆ ਤਾਂ ਬਿਲਕੁਲ ਕਰਤਾਰ ਚੀਮਾ ਲਗਾਤਾਰ ਉਹਨਾਂ ਦਾ ਕਹਿਣਾ ਹੈ ਕਿ ਸਟੂਡੈਂਟਸ ਨੂੰ ਅਵੇਅਰ ਕਰਦੇ ਹੈ ਨਸ਼ਾ ਦੇ ਵਿਰੁੱਧ ਜਾਗਰੂਕਤਾ ਸਮਾਰੋਹ ਜਿਹੜਾ ਕੀਤਾ ਜਾਂਦਾ ਲਗਾਤਾਰ ਇਹਦੇ ਵਿੱਚ ਕੰਮ ਕੀਤਾ ਜਾਂਦਾ ਹਾਲਾਂਕਿ ਸਟੂਡੈਂਟਸ ਜਿਹੜੇ ਹੈ ਉਹਨਾਂ 'ਚ ਜ਼ਰੂਰ ਕੰਫੀਡੈਂਸ ਦੇਖਿਆ ਗਿਆ ਕਿ ਕਿਸ ਤਰ੍ਹਾਂ ਦੇ ਜਿਹੜੇ ਨਸ਼ੇ ਨੂੰ ਲੈ ਕੇ ਅੱਜ ਇੱਕ ਵੱਡਾ ਪ੍ਰੋਗਰਾਮ ਇਸੇ ਕਰਕੇ ਕਰਾਇਆ ਸੀਗਾ ਸੀਨੀਅਰ ਆਫਿਸਰ ਸੀਨੀਅਰ ਜਿਹੜੇ ਆਰਟਿਸਟ ਨੇ ਪੰਜਾਬੀ ਸਿੰਗਰ ਨੇ ਆਰਟਿਸਟ ਨੇ ਉਹ ਇੱਥੇ ਜੁੜੇ ਨੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਪੰਜਾਬ